ਸਤਿ ਸ਼੍ਰੀ ਅਕਾਲ ਗਾਇਜ਼। ਅੱਜ ਆਪਾਂ ਦੇਖਾਂਗੇ ਕਿ ਆਪਾਂ ਇੰਟਲ ਪ੍ਰੋਸੈਸਰ ਵਿੱਚ ਜੋ ਵੀ ਗ੍ਰਾਫਿਕ ਕਾਰਡ ਹੁੰਦਾ ਆ ਉਹਦੀ 1 GB ਦਾ ਗ੍ਰਾਫਿਕ ਕਾਰਡ ਦਿੰਦੇ ਆ ਜਾਂ 2 GB ਦਾ ਗ੍ਰਾਫਿਕ ਕਾਰਡ ਦਿੰਦੇ ਆ, ਉਹਨੂੰ ਆਪਾਂ ਕਿਵੇਂ ਇਨਕਰੀਜ਼ ਕਰ ਸਕਦੇ ਹਾਂ, ਜਿਹੜੀ ਅਡੈਪਟਿਡ ਰੈਮ ਹੈ ਉਹਨੂੰ ਆਪਾਂ ਕਿਵੇਂ ਬੂਸਟ ਕਰ ਸਕਦੇ ਹਾਂ, ਇਨਕਰੀਜ਼ ਕਰ ਸਕਦੇ ਹਾਂ। ਅੱਜ ਆਪਾਂ 80% ਜਿਹੜੀ ਰੈਮ ਹੈ ਉਹਨੂੰ ਆਪਾਂ ਇਨਕਰੀਜ਼ ਕਰਾਂਗੇ, ਜਿਹੜੀ ਕਿ ਗ੍ਰਾਫਿਕ ਕਾਰਡ ਜਿਹੜੀ ਰੈਮ ਹੈ ਉਹ ਡੈਡੀਕੇਟਡ ਜਿਹੜੀ ਰੈਮ ਹੁੰਦੀ ਆ ਆਪਣੇ ਕੋਲ, ਜੇ ਪੀਸੀ 'ਤੇ 4 GB ਰੈਮ ਲੱਗੀ ਹੈ ਜਾਂ 8 GB ਰੈਮ ਲੱਗੀ ਹੈ, ਥੋੜ੍ਹੀ ਜਿਹੀ ਰੈਮ ਜਿਹੜੀ ਉਹ ਗ੍ਰਾਫਿਕ ਕਾਰਡ 'ਚ ਆ ਜਾਏਗੀ, ਸ਼ੇਅਰ ਹੋ ਜਾਏਗੀ। ਠੀਕ ਹੈ, ਇਹ 1 GB ਗ੍ਰਾਫਿਕ ਕਾਰਡ ਜਿਹੜਾ ਹੈ ਅਟੈਚ ਹੈਗਾ ਇਹਦੇ ਨਾਲ, ਅਤੇ ਆਪਾਂ ਸਾਰਾ ਪ੍ਰੋਸੈਸ ਦੇਖਾਂਗੇ ਕਿ ਕਿਵੇਂ ਇਹ ਕੰਮ ਕਰਦਾ ਆ। ਤਾਂ ਧਿਆਨ ਨਾਲ ਦੇਖਿਓ ਗਾਇਸ, ਇਹਨੂੰ ਮੈਂ ਕਲੋਜ਼ ਕਰਾਂਗਾ ਅਤੇ ਸਰਚ ਵਿੱਚ ਜਾ ਕੇ ਰਜਿਸਟਰੀ ਸਰਚ ਕਰਾਂਗਾ। ਇੱਥੇ ਮੈਂ REG ਪਾਇਆ ਅਤੇ ਜਿਹੜੀ ਰਜਿਸਟਰੀ ਐਡੀਟਰ ਹੈ ਉਹ ਰਨ ਐਸ ਐਡਮਿਨਿਸਟ੍ਰੇਟਰ ਕਰਨੀ ਹੈ। ਠੀਕ ਹੈ, ਐਡਮਿਨਿਸਟ੍ਰੇਟਰ ਕਰਤੀ, ਰਨ ਹੋ ਜਾਏਗੀ ਇਹ। ਠੀਕ ਹੈ, ਉਸ ਤੋਂ ਬਾਅਦ ਮਗਰ ਆ ਗਈ। ਇਸ ਤੋਂ ਬਾਅਦ ਕਿਆ ਆ, ਆਪਾਂ ਇਹ ਮੈਂ ਪਹਿਲਾਂ ਤਾਂ ਖੋਲ ਰੱਖਿਆ ਸੀਗਾ, ਇਸ ਕਰਕੇ ਮੈਂ ਹੁਣ ਇਹਨਾਂ ਨੂੰ ਮਾਈਨਸ ਕਰਾਂਗਾ। ਠੀਕ ਹੈ, ਮੈਂ ਇਹਨਾਂ ਨੂੰ ਸਾਰਿਆਂ ਨੂੰ ਬੰਦ ਕਰਕੇ ਤੁਹਾਨੂੰ ਦੁਬਾਰਾ ਦੱਸੂੰਗਾ ਕਿ ਕਿੱਥੇ ਕਿੱਥੇ ਕਿਵੇਂ ਕਿਵੇਂ ਜਾਣਾ ਆ। ਠੀਕ ਹੈ, ਹੁਣ ਆਪਾਂ ਸਭ ਤੋਂ ਪਹਿਲਾਂ ਜਿਹੜਾ ਹੈ ਨਾ ਉਹ ਹੈਗਾ ਆ ਲੋਕਲ ਮਸ਼ੀਨ। ਜਿਹੜਾ ਲੋਕਲ ਮਸ਼ੀਨ ਹੈ ਨਾ, ਆਪਾਂ ਸਭ ਤੋਂ ਪਹਿਲਾਂ ਇਹਨੂੰ ਓਪਨ ਕਰਾਂਗੇ। ਠੀਕ ਹੈ, ਲੋਕਲ ਮਸ਼ੀਨ 'ਤੇ ਮੈਂ ਕਲਿੱਕ ਕਰਾਂਗਾ ਅਤੇ ਆਪਣੇ ਕੋਲ ਨੀਚੇ ਇੱਕ ਡਾਇਲੋਗ ਬੋਕਸ ਆ ਜਾਏਗਾ। ਉਸ ਤੋਂ ਬਾਅਦ ਆਪਾਂ ਕੀ ਕਰਨਾ ਆ, ਸਿਸਟਮ ਸਿਸਟਮ ਨੂੰ ਖੋਲ੍ਹਾਂਗੇ। ਉਸ ਤੋਂ ਬਾਅਦ ਆਪਾਂ ਇੱਥੇ ਅੰਦਰ ਦੇਖਾਂਗੇ ਕਿ ਇੱਕ ਹੋਰ ਹੈ ਜਿਹੜਾ ਸੈੱਟ ਬਣਿਆ ਹੋਏਗਾ। ਠੀਕ ਹੈ, ਇਹਨੇ 'ਤੇ ਆਪਾਂ ਕਲਿੱਕ ਕਰਾਂਗੇ। ਠੀਕ ਹੈ, ਕੰਟਰੋਲ ਸੈੱਟ ਹੈ। ਇਸ ਤੋਂ ਬਾਅਦ ਕਿਆ ਹੈ, ਆਪਾਂ ਦੁਬਾਰਾ ਫਿਰ ਇੱਕ ਕੰਟਰੋਲ ਆਏਗਾ ਉਹਦੇ 'ਤੇ ਕਲਿੱਕ ਕਰਾਂਗੇ। ਠੀਕ ਹੈ, ਉਸ ਤੋਂ ਬਾਅਦ ਨੀਚੇ ਜਾਵਾਂਗੇ ਕਿ ਆਪਾਂ ਇੱਕ ਫੋਲਡਰ ਲੱਭਣਾ ਹੈ, ਕੰਟਰੋਲ ਦੇ ਅੰਦਰ ਇੱਕ ਫੋਲਡਰ ਲੱਭਣਾ ਜਿਹੜਾ ਨਾਮ ਹੋਏਗਾ ਵੀਡੀਓ। ਠੀਕ ਹੈ, ਆਪਾਂ ਨੀਚੇ ਨੀਚੇ ਸਕਰੋਲ ਕਰਾਂਗੇ ਜਦੋਂ ਤੱਕ ਆਪਣੇ ਕੋਲੋਂ ਫੋਲਡਰ ਨਹੀਂ ਮਿਲ ਜਾਂਦਾ। ਇਹ ਆਪਾਂ ਨੂੰ ਫੋਲਡਰ ਮਿਲ ਚੁੱਕਿਆ ਵੀਡੀਓ ਦਾ। ਠੀਕ ਹੈ, ਇਹਨੂੰ ਆਪਾਂ ਨੀਚੇ ਜਾਵਾਂਗੇ ਤਾਂ ਆਪਣੇ ਕੋਲ 2 ਫੋਲਡਰ, ਕਈਆਂ 'ਚ ਜ਼ਿਆਦਾ ਫੋਲਡਰ ਵੀ ਬਣੇ ਹੁੰਦੇ ਆ। ਉਸ ਤੋਂ ਬਾਅਦ ਆਪਾਂ ਇਹਨੂੰ ਅੱਗੇ ਓਪਨ ਕਰਾਂਗੇ ਤਾਂ 00 ਵਾਲਾ ਜੋ ਫੋਲਡਰ ਹੈ ਨਾ ਇਹਨੂੰ ਆਪਾਂ ਖੋਲ੍ਹਦੇ ਹਾਂ। ਠੀਕ ਹੈ, ਇਹਨੂੰ ਆਪਾਂ ਓਪਨ ਹੀ ਕਰ ਦੇਣਾ ਡਾਇਰੈਕਟ, ਅਤੇ ਜਿਹਦੇ ਓਪਨ ਹੋ ਗਏਗਾ ਉਸ ਤੋਂ ਬਾਅਦ ਕਿਆ ਆ, ਆਪਾਂ ਨੂੰ ਫਾਈਲ ਲੱਭਣੀ ਹੈ। ਕਿਹੜੀ ਫਾਈਲ ਲੱਭਣੀ ਹੈ, ਇੱਕ ਤਾਂ ਸਾਈਜ਼ ਵਾਲੀ, ਠੀਕ ਹੈ, ਇੱਕ ਸੈਗਮੈਂਟ ਵਾਲੀ। ਠੀਕ ਹੈ, ਇੱਕ ਤਾਂ ਹੈਗਾ ਮੈਮਰੀ ਸਾਈਜ਼। ਠੀਕ ਹੈ, ਆ ਗਿਆ ਮੈਮਰੀ ਸਾਈਜ਼, ਓਕੇ ਆ। ਹੁਣ ਆਪਾਂ ਇਹਨੂੰ ਓਪਨ ਕਰਾਂਗੇ ਤਾਂ ਇੱਥੇ ਆਪਾਂ 40 ਡਿਫਾਲਟ ਭਰਿਆ ਹੋਇਆ ਪਹਿਲਾਂ ਤੋਂ ਹੀ। ਠੀਕ ਹੈ, ਇਹਨੂੰ ਆਪਾਂ 70 ਕਰ ਦਾਂਗੇ, ਓਕੇ। ਆਪਾਂ ਇਹਨੂੰ ਓਕੇ 'ਤੇ ਕਲਿੱਕ ਕਰ ਦੇਣਾ ਹੈ। ਠੀਕ ਹੈ, ਉਸ ਤੋਂ ਬਾਅਦ ਕਿਆ ਇਹਦਾ ਸੈਗਮੈਂਟ, ਫਿਕਸਡ ਸੈਗਮੈਂਟ। ਠੀਕ ਹੈ, ਇਹਨੂੰ ਆਪਾਂ ਓਪਨ ਕਰਾਂਗੇ। ਉਸ ਤੋਂ ਬਾਅਦ ਕਿਆ, ਇੱਥੇ ਆਪਾਂ ਆਰਾਮ ਨਾਲ ਲਿਖ ਦਿੰਦੇ ਹਾਂ, ਚਲੋ 1600 ਜਾਂ 1800, ਜਿੰਨਾ ਵੀ ਤੁਸੀਂ ਲਿਖ ਸਕਦੇ ਹੋ ਲਿਖ ਸਕਦੇ ਹੋ। ਠੀਕ ਹੈ, ਤੁਹਾਡੀ ਰੈਮ 'ਤੇ ਡਿਪੈਂਡ ਕਰਦਾ ਇਹ, ਅਤੇ ਇਹ ਮੈਂ ਡਿਸਕ੍ਰਿਪਸ਼ਨ 'ਚ ਲਿਖ ਦਾਂਗਾ ਕਿਵੇਂ ਕਰਨਾ ਆ। ਠੀਕ ਹੈ, ਉਸ ਤੋਂ ਬਾਅਦ ਆਪਾਂ ਦੁਬਾਰਾ ਸਿਸਟਮ 'ਚ ਜਾਵਾਂਗੇ, ਸਿਸਟਮ ਇਨਫੋਰਮੇਸ਼ਨ ਚੈੱਕ ਕਰਾਂਗੇ। ਠੀਕ ਹੈ, ਇਹ ਮੈਂ ਸਿਸਟਮ ਇਨਫੋਰਮੇਸ਼ਨ ਨਿਕਾਲੀਆਂ। ਉਸ ਤੋਂ ਬਾਅਦ ਕੰਪੋਨੈਂਟਸ 'ਚ ਜਾ ਕੇ ਜੋ ਡਿਸਪਲੇ ਆ ਉਹਦੇ 'ਤੇ ਜਾਊਂਗਾ। ਠੀਕ ਹੈ, ਹੁਣ ਇਹਨੂੰ ਜਾਣ ਤੋਂ ਬਾਅਦ ਕਿਆ ਗਿਆ, 1 GB ਸੀਗੇ, ਹੁਣ 1.75 GB ਹੋ ਗਈ ਹੈ। ਥੈਂਕ ਯੂ ਫੋਰ ਵਾਚਿੰਗ ਦਿਸ ਵੀਡੀਓ ਗਾਇਜ਼।